मैं हाँ तुहाड़ी सेवा विच सतपाल सिंह जौल ते अज गल करदे हाँ ओंटारियो विच बीते 7 सालों तो चल रही मुख्य मंत्री डाल्टन मैकगिंटी की सरकार की कारगुजारी की। तो साढ़े नाल लाइन ते हाजिर ने सरकारी सेवावां बारे सूबाई मंत्री हरिंदर तखर। सब तो पहला तखर जी स्वागत है जी। सतपाल जी बहुत बहुत धन्यवाद एंड इट्स वेरी नाइस टू हियर योर वॉइस अगेन। थैंक यू जी, थैंक यू वेरी मच, सेम हीयर। सो 18 नवंबर नूं जी साडे जो फाइनेंस मिनिस्टर डिवाइट डंकन है इन्हां वल्लों इकोनॉमिक आउटलुक एंड फिस्कल रिव्यू रिपोर्ट जिहड़ी आ जारी कीती गई सी। हाँ जी। सो इहदे विच जी इह आ उन्हां ने प्रमुख तौर ते जो जिक्र कीता कि ओंटारियो दे लोकां दी बड़ी दिलचस्पी है इहदे विच कि 1 जनवरी 2011 तों बिजली 10% सस्ती हो जाएगी ते अगले 5 साल ये रिबेट जारी रहेगी। वैसे तखर जी तुहाडी सरकार ये रिबेट देण दी लोड़ क्यों महसूस कर रही है सूबे दे लोकां नूं? ਇਹ ਜੀ ਮੈਂ ਸਤਪਾਲ ਜੀ ਮੈਂ ਕਹਿਣਾ ਚਾਹੁੰਦਾ ਜਦੋਂ ਨਾ ਅਸੀਂ 2003 ਦੇ ਵਿੱਚ ਲਿਬਰਲ ਗਵਰਨਮੈਂਟ ਪਾਵਰ ਵਿੱਚ ਆਈ ਸੀ ਜੀ ਜਿਹੜੀ ਇਲੈਕਟ੍ਰਿਸਿਟੀ ਦੀ ਸਿਚੁਏਸ਼ਨ ਸੀਗੀ ਜੀ ਉਦੋਂ ਕਾਫੀ ਡਾਵਾਂਡੋਲ ਸੀਗੀ। ਅੱਛਾ ਜੀ। ਤੇ ਉਸ ਸਾਲ ਮੇਰੇ ਖਿਆਲ 2003 ਦੀ ਸਮਰ ਦੇ ਵਿੱਚ ਜੀ ਕਈ ਵਾਰ ਬਲੈਕਆਊਟਸ ਵੀ ਹੋਈਆਂ। ਅੱਛਾ ਜੀ। ਤੇ ਇਸ ਕਰਕੇ ਗਵਰਨਮੈਂਟ ਇਹ ਮਹਿਸੂਸ ਕਰਦੀ ਸੀ ਜੀ ਵੀ ਜੇ ਇੱਥੇ ਇੰਡਸਟਰੀ ਲਾਉਣੀ ਆ ਤੇ ਇੱਥੇ ਲੋਕਾਂ ਨੇ ਰਹਿਣਾ ਤਾਂ ਜਿਹੜੀ ਰਿਲਾਇਬਲ એનર્ਜੀ ਹੋਣੀ ਜ਼ਰੂਰੀ ਆ। ਅੱਛਾ ਜੀ। ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਸੀਗਾ ਜੀ ਵੀ ਜੇ ਜਿਹੜੀ ਕੋਲ ਤੋਂ એનર્ਜੀ ਪ੍ਰੋਡਿਊਸ ਕੀਤੀ ਜਾਂਦੀ ਹੈ ਇਹ ਸਿਹਤ ਲਈ ਬਾਹਲੀ ਠੀਕ ਨਹੀਂ ਰਹਿੰਦੀ, ਖਾਸ ਤੌਰ ਤੇ ਬੱਚਿਆਂ ਲਈ, ਇਹਨਾਂ ਨੂੰ ਆਜ਼ਮਾ ਵਗੈਰਾ ਹੋ ਜਾਂਦਾ ਜੀ। ਤੇ ਇਸ ਕਰਕੇ ਗਵਰਨਮੈਂਟ ਨੇ ਕਿਹਾ ਜੀ ਵੀ ਜਿਹੜੇ ਕੋਲ ਪਲਾਂਟਸ ਆ ਅਸੀਂ ਉਹ ਸਾਰੇ ਫੇਜ਼ ਆਊਟ ਕਰ ਦੇਣੇ ਆ ਤੇ ਇਹਦੇ ਨਾਲ ਜਿਹੜੀ ਕਲੀਨ એનર્ਜੀ ਆ ਜਿੱਦਾਂ ਮਤਲਬ ਵਿੰਡ ਮਿਲਸ ਤੋਂ ਹੋਵੇ ਜਾਂ ਸੋਲਰ ਪੈਨਲਸ ਤੋਂ ਹੋਵੇ ਤੇ ਉਹ એનર્ਜੀ ਕ੍ਰੀਏਟ ਕਰਨੀ ਆ ਜੀ। ਜੀ। ਤੇ ਉਹ ਜਿਹੜੀ એનર્ਜੀ ਆ ਜੀ ਉਹ ਥੋੜੀ ਜਿਹੀ ਐਕਸਪੈਂਸਿਵ ਆ ਕੋਲ ਨਾਲੋਂ, ਕੋਲ ਦੀ એનર્ਜੀ ਇਜ਼ ਵੈਰੀ ਚੀਪ ਤੇ ਉਹਦੇ ਕਾਰਨ ਜੀ ਫਿਰ ਥੋੜੀਆਂ ਪ੍ਰਾਈਸਸ ਵੀ ਵਧਣੀਆਂ ਸ਼ੁਰੂ ਹੋ ਗਈਆਂ ਤੇ ਦੂਸਰਾ ਤੁਹਾਨੂੰ ਪਤਾ ਇਹਦੇ ਤੇ ਜਿਹੜੀ HST ਦਾ ਇੰਪੈਕਟ ਵੀ ਸੀਗਾ ਜੀ એનર્ਜੀ ਦੇ ਉੱਤੇ। ਅੱਛਾ ਜੀ। ਤੇ ਇਸ ਕਰਕੇ ਗਵਰਨਮੈਂਟ ਨੇ ਸੋਚਿਆ ਕਿਉਂਕਿ ਜਿਹੜੀਆਂ ਪ੍ਰਾਈਸਸ ਆ ਉਹ ਇਹਦੀਆਂ ਮਤਲਬ ਅੱਗੇ ਨਾਲੋਂ ਜ਼ਿਆਦਾ ਹੋ ਗਈਆਂ, ਇਸ ਕਰਕੇ ਲੋਕਾਂ ਨੂੰ ਖਾਸ ਤੌਰ ਤੇ ਰਿਸੈਸ਼ਨ ਦੇ ਪੀਰੀਅਡ ਵਿੱਚ ਵੀ ਥੋੜੀ ਬਹੁਤੀ ਛੋਟ ਦੇਣ ਦੀ ਲੋੜ ਆ ਜੀ। ਤੇ ਇਸ ਕਰਕੇ ਜਨਵਰੀ 1 ਤੋਂ ਜਿਹੜਾ ਤੁਹਾਡਾ ਬਿਜਲੀ ਦਾ ਬਿੱਲ ਹੋਊਗਾ ਉਹਦੇ ਤੇ ਟੋਟਲ ਬਿੱਲ ਦੇ ਉੱਤੇ ਜੀ 10% ਛੋਟ ਮਿਲੂਗੀ। ਓਕੇ। ਤੇ ਟੋਟਲ ਬਿੱਲ ਤੋਂ ਮਤਲਬ ਇਹ ਆ ਜੀ ਵੀ ਜਿੰਨੀ ਵੀ એનર્ਜੀ ਦੀ ਕਾਸਟ ਆ ਤੇ ਉਹਦੇ ਵਿੱਚ ਟੈਕਸ ਪਾ ਕੇ ਜਿਹੜਾ ਬਿੱਲ ਹੋਊਗਾ ਉਹਦੇ ਤੋਂ ਤੁਹਾਨੂੰ ਮਤਲਬ 10% ਛੋਟ ਮਿਲੂਗੀ ਜੀ। ਅੱਛਾ, ਦੂਸਰੇ ਪਾਸੇ ਤਖਰ ਜੀ ਇਹ ਵੀ ਸਪਸ਼ਟ ਹੈ ਕਿ ਇਸੇ ਸਰਕਾਰ ਦੇ ਸੋ ਤੁਹਾਡੀ ਸਰਕਾਰ ਦੇ ਹੁੰਦਿਆਂ ਹੀ ਬੀਤੇ ਸਾਲਾਂ 'ਚ ਬਿਜਲੀ ਮਹਿੰਗੀ ਹੁੰਦੀ ਰਹੀ, ਵੈਸੇ ਤੁਸੀਂ ਦੱਸਿਆ ਵੀ ਹੈ ਵੈਸੇ। ਹਾਂਜੀ। ਤੇ ਹੁਣ ਲੇਕਿਨ ਕਿ ਚੋਣਾਂ ਤੋਂ 1 ਸਾਲ ਪਹਿਲਾਂ ਹੈ ਜੀ, ਇਲੈਕਸ਼ਨ ਤੋਂ 1 ਸਾਲ ਪਹਿਲਾਂ 6 ਅਕਤੂਬਰ 2011 ਨੂੰ ਚੋਣਾਂ ਨੇ, ਤੇ ਇਹ ਹੁਣ ਰਿਬੇਟ ਦੇ ਕੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਸਰਕਾਰ? ਮੈਂ ਕਹਿੰਦਾ ਜੀ ਦੇਖੋ ਜਿਹੜੀ ਇਲੈਕਟ੍ਰਿਸਿਟੀ ਜੀ ਕਦੀ ਗਵਰਨਮੈਂਟ ਨੇ ਇਹ ਨਹੀਂ ਕਿਹਾ ਵੀ ਇਲੈਕਟ੍ਰਿਸਿਟੀ ਮਹਿੰਗੀ ਨਹੀਂ ਹੋਈ ਤੇ ਨਾ ਹੀ ਉਹਨਾਂ ਨੇ ਹੁਣ ਵੀ ਕਿਹਾ ਨਹੀਂ ਜਿਹੜੇ ਫਾਈਨੈਂਸ ਮਿਨਿਸਟਰ ਆ ਵੀ ਇਲੈਕਟ੍ਰਿਸਿਟੀ ਮਹਿੰਗੀ ਨਹੀਂ ਹੋਣੀ, ਕਿਉਂਕਿ ਜਦੋਂ ਤੁਸੀਂ ਕਲੀਨ એનર્ਜੀ ਵੱਲ ਮੂਵ ਹੁੰਦੇ ਆ ਤਾਂ ਉਹਦੀ ਕਾਸਟ ਹੈਗੀ ਆ ਜੀ, ਜਿਹੜੀ ਉਹ ਕਾਸਟ ਆ ਉਹਦੇ ਨਾਲ ਮਤਲਬ ਇਹ ਆ ਵੀ ਜਿਹੜੀ એનર્ਜੀ ਆ ਮਹਿੰਗੀ ਹੋ ਜਾਂਦੀ ਆ। ਠੀਕ ਹੈ ਜੀ। ਤੇ ਜੇ ਮਹਿੰਗੀ ਹੁੰਦੀ ਆ ਜੀ ਸਿਰਫ ਇੱਥੇ ਮਹਿੰਗੀ ਨਹੀਂ ਹੋਈ, ਤਕਰੀਬਨ ਸਾਰੇ ਮਤਲਬ ਵਰਲਡ ਦੇ ਵਿੱਚ ਥੋੜੀ ਬਹੁਤੀ ਇਹਦੀ ਮਹਿੰਗਾਈ ਹੋਈ ਆ ਜੀ ਜਿਹੜੀ ਇਲੈਕਟ੍ਰਿਸਿਟੀ ਦੀ ਆ। ਤੇ ਇਸ ਕਰਕੇ ਮਤਲਬ ਇਹ ਕੋਈ ਕੋਸ਼ਿਸ਼ ਨਹੀਂ ਹੈਗੀ ਜੀ ਬਈ ਮਤਲਬ ਤੁਸੀਂ ਜਿਹੜਾ 10% ਦੇ ਕੇ ਲੋਕਾਂ ਨੂੰ ਖੁਸ਼ ਕਰਨ ਵਾਲੀ ਗੱਲ, ਐਕਚੁਅਲੀ ਜੀ ਇਹ ਇਸ ਸਮੇਂ ਦੀ ਲੋੜ ਆ ਤੇ ਇਸੇ ਕਰਕੇ ਕੀਤਾ ਗਿਆ ਜੀ। ਅੱਛਾ, ਇਹ ਪੰਜਾਬ ਦੀ ਸਰਕਾਰ ਵੈਸੇ ਦੇਖੋ ਜੀ ਬਿਜਲੀ ਪਾਣੀ ਸਸਤਾ ਦੇਣ ਦੀ ਗੱਲ ਕਰਦੀ ਰਹਿੰਦੀ ਹੈ, ਜੇ ਪੰਜਾਬ ਦੀ ਗੱਲ ਉੱਥੇ ਹੀ ਰਹਿਣ ਦੀ ਹੈ ਤੇ ਓਨਟੈਰੀਓ ਦੇ ਵਿੱਚ ਮਹਿੰਗਾਈ ਤਾਂ ਤਕਰੀਬਨ ਹਰੇਕ ਵਸਤੂ ਦੀ ਵਧੀ ਹੈ ਜੀ, ਪਰ ਤੁਹਾਡੀ ਸਰਕਾਰ ਬਿਜਲੀ ਤੇ ਸਬਸਿਡੀ ਕਿਉਂ ਦੇਏਗੀ ਜੀ? ਇਹ ਬਿਜਲੀ ਤੇ ਸਬਸਿਡੀ ਦੀ ਇਸ ਕਰਕੇ ਲੋੜ ਆ ਜੀ ਕਿਉਂਕਿ ਜਿਹੜੀ ਬਿਜਲੀ ਹੈ ਇਹ ਤੋਂ ਬਗੈਰ ਤੁਹਾਡਾ ਗੁਜ਼ਾਰਾ ਵੀ ਨਹੀਂ ਹੈਗਾ। ਠੀਕ ਹੈ। ਤੇ ਇਸ ਕਰਕੇ ਜੀ ਤੇ ਦੂਜੀ ਇਹ ਡਿਮਾਂਡ ਸੀਗੀ ਲੋਕਾਂ ਦੀ ਵੀ ਤੁਸੀਂ ਇਹ ਤੇ HST ਲਾ ਦਿੱਤਾ ਵੀ ਜਿਹੜਾ HST ਆ ਉਹ એનર્ਜੀ ਖਾਸ ਤੌਰ ਤੇ ਜਿਹੜੀ ਬਿਜਲੀ ਹੈ ਇਹ ਤੇ ਨਹੀਂ ਲੱਗਣਾ ਚਾਹੀਦਾ। ਠੀਕ ਹੈ। ਤੇ ਫਿਰ ਗਵਰਨਮੈਂਟ ਨੇ ਸੋਚਿਆ ਜੀ ਵੀ ਦੇਖੋ HST ਜਿਹੜਾ ਆ ਉਹ ਇਨ ਉਹ ਤੁਹਾਨੂੰ ਫੈਡਰਲ ਗਵਰਨਮੈਂਟ ਦੀ ਅਪਰੂਵਲ ਦੇ ਨਾਲ ਹੀ ਲਾਉਣਾ ਪੈਂਦਾ ਜੀ। ਜੀ। ਕਿਉਂਕਿ ਫੈਡਰਲ ਗਵਰਨਮੈਂਟ ਹੀ ਉਹਨੂੰ ਕਲੈਕਟ ਕਰਦੀ ਆ ਤੇ ਇਸ ਕਰਕੇ ਸਿਰਫ ਪ੍ਰੋਵਿੰਸ਼ੀਅਲ ਪੋਰਸ਼ਨ ਨੂੰ ਐਲੀਮੀਨੇਟ ਕਰਕੇ ਉਹ ਗੱਲ ਖਤਮ ਨਹੀਂ ਸੀ ਹੁੰਦੀ ਜੀ। ਤੇ ਇਹਦੇ ਨਾਲੋਂ ਇਹ ਚੰਗਾ ਸੀ ਕਿ 8% ਪ੍ਰੋਵਿੰਸ਼ੀਅਲ ਗਵਰਨਮੈਂਟ HST ਲਾਉਂਦੀ ਆ ਤੇ ਇਹ ਜਿਹੜੀ ਜਿਹੜੀ ਰਿਬੇਟ ਆ ਜੀ ਐਕਚੁਅਲੀ ਉਹ 10% ਆ। ਠੀਕ ਹੈ। ਸਿਰਫ 10% ਕਾਸਟ ਦੇ ਉੱਤੇ ਨਹੀਂ ਹੈਗੀ ਜੀ, ਐਕਚੁਅਲੀ 10% ਤੁਹਾਨੂੰ HST ਦੇ ਉੱਤੇ ਵੀ ਰਿਬੇਟ ਮਿਲ ਜਾਂਦੀ ਹੈ। ਠੀਕ ਹੈ। ਸੋ ਇਹ ਜਿਹੜਾ ਰਿਬੇਟ ਹੈ ਜੀ, ਕੀ ਸਮਝਦੇ ਹੋ ਕਿ ਇਹਦਾ ਛੋਟੇ ਜਿਹੜੇ ਸਮਾਲ ਬਿਜ਼ਨੈਸਸ ਹੈ ਜਾਂ ਫਿਰ ਫਾਰਮਰਸ ਹੈ ਜਾਂ ਆਰਥਿਕ ਤੌਰ ਤੇ ਜਿਹੜੇ ਪਛੜੇ ਪਰਿਵਾਰ ਨੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਏਗਾ ਜੀ ਇਹਦਾ? ਐਕਚੁਅਲੀ ਜੀ ਜਿਹੜੀ ਐਸਟੀਮੇਟ ਆ ਵੀ ਜਿਹੜਾ ਐਵਰੇਜ ਬਿੱਲ ਹੈਗਾ ਘਰ ਦਾ ਉਹ $150 ਪਰ ਮੰਥ ਦੇ ਬਰਾਬਰ ਆਉਂਦਾ ਜੀ। ਹਾਂਜੀ। ਤੇ ਇਸ ਕਰਕੇ ਤੁਸੀਂ ਇਹ ਲਾ ਲਓ ਜੀ $15 ਦੇ ਨੇੜੇ ਤੇੜੇ ਹਰ ਮੰਥ ਤੇ ਟਾਈਮਸ 12 ਵੀ $180 ਜਾਂ $200 ਦੇ ਨੇੜੇ ਤੇੜੇ ਤੁਹਾਡਾ ਜੀ ਲਾ ਮਤਲਬ ਇਹਦੀ ਰਿਬੇਟ ਮਿਲਦੀ ਆ ਜੀ। ਤੇ ਬਾਕੀ ਸਮਾਲ ਬਿਜ਼ਨਸ ਦੇ ਉੱਤੇ ਜੀ ਇਹਦੀ ਰਿਬੇਟ ਹੋਣੀ ਆ, ਪਰ ਤੇ ਜਿਹੜੇ ਜਿਹੜੇ ਮੀਡੀਅਮ ਸਾਈਜ਼ ਬਿਜ਼ਨਸ ਦਾ ਉਹਦੇ ਉੱਤੇ ਨਹੀਂ ਹੈਗੀ ਜੀ ਇਹਦੀ ਰਿਬੇਟ।
ਤੇ ਨਾ ਤੇ ਜਿਹੜੇ ਲਾਰਜ ਬਿਜ਼ਨਸ ਆ ਜੀ ਬਹੁਤ ਵੱਡੇ ਕੰਜ਼ਿਊਮਰਸ ਆ ਉਹਦੇ ਉੱਤੇ ਵੀ ਥੋੜੀ ਬਹੁਤੀ ਡਿਬੇਟ ਹੈਗੀ ਆ ਕਿ ਜਿਹੜੇ ਸਟੀਲ ਪਲਾਂਟ ਵਗੈਰਾ ਕਿਉਂਕਿ ਸਾਨੂੰ ਉਹਨਾਂ ਨੂੰ ਕੰਪੈਰੀਟਿਵਲੀ ਜੀ ਰੱਖਣਾ ਪੈਂਦਾ ਬਾਕੀਆਂ ਸਟੀਲ ਪਲਾਂਟਸ ਦੇ ਬਰਾਬਰ ਜੀ। ਅੱਛਾ ਇਹ ਜੇ ਦੇਖਿਆ ਜਾਵੇ ਤੁਹਾਡੀ ਸਰਕਾਰ ਹੁਣ ਚੱਲ ਰਹੀ ਹੈ ਜੀ ਦੂਸਰੀ ਟਰਮ ਤਕਰੀਬਨ ਪੂਰੀ ਹੋਣ ਵਾਲੀ ਅਗਲੇ ਸਾਲ ਕਹਿ ਲਓ ਕਿ ਚੋਣਾਂ ਤੇ ਤਿਆਰੀਆਂ ਹੁਣ ਤੋਂ ਆਰੰਭੀਆਂ ਜਾਣਗੀਆਂ ਲੇਕਿਨ ਕਿ ਜੇ ਤਾਜ਼ਾ ਸਰਵੇਖਣ ਆਪਾਂ ਤਖਰ ਜੀ ਦੇਖੀਏ ਜਿਸ ਦੇ ਵਿੱਚ ਕਿ ਤੁਹਾਡੀ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਇਹ ਸਭ ਤੋਂ ਅੱਗੇ ਤੁਸੀਂ ਦੂਸਰੇ ਨੰਬਰ ਤੇ ਐਨਡੀਪੀਵੀ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਣ ਰਹੀ ਹੈ ਸੋ ਕੀ ਕਾਰਨ ਹੈ ਕਿ ਸਰਵੇਖਣਾਂ 'ਚ ਹਾਲ ਦੀ ਘੜੀ ਤੁਹਾਡੀ ਪਾਰਟੀ ਪਛੜ ਰਹੀ ਹੈ? ਮੈਂ ਇੱਦਾਂ ਕਹਿੰਦਾ ਜੀ ਦੇਖੋ ਜਿਹੜੀਆਂ ਪੋਲਿੰਗ ਹੁੰਦੀਆਂ ਨਾ ਜੀ ਐਟ ਏ ਪੁਆਇੰਟ ਆਫ ਟਾਈਮ ਹੁੰਦੀਆਂ ਪੋਲਿੰਗ ਕੋਈ ਵੀ ਜਿਹੜੀ ਹੁੰਦੀ ਹੈ ਤੇ ਉਸ ਵੇਲੇ ਜਿਹੜਾ ਲੋਕਾਂ ਦਾ ਮੂਡ ਆ ਜਿਹੜੀ ਉਹ ਪੋਲ ਆ ਜੀ ਉਸ ਵੇਲੇ ਦੇ ਲੋਕਾਂ ਦੇ ਮੂਡ ਨੂੰ ਰਿਫਲੈਕਟ ਕਰਦੀ ਆ। ਹੁਣ ਤੁਸੀਂ ਇਹ ਦੇਖ ਲਓ ਜੀ ਵੀ ਜਿਹੜੀ ਇੰਟੀਰੀਅਰ ਮਤਲਬ ਟੋਰਾਂਟੋ ਦੇ ਵਿੱਚ ਦੀ ਮੇਅਰ ਦੀ ਇਲੈਕਸ਼ਨ ਸੀਗੀ ਜੀ ਉਹਦੇ ਵਿੱਚ ਵੀ ਮਤਲਬ ਤੁਸੀਂ ਉਹ ਦੇਖ ਲਓ ਕਿੱਦਾਂ ਇਲੈਕਸ਼ਨ ਚੱਲ ਰਹੀ ਸੀਗੀ ਜੀ ਤੇ ਜਿਹੜੀਆਂ ਮਤਲਬ ਜਨਰਲੀ ਮੂਡ ਇਹ ਆ ਜੀ ਅਮੈਰੀਕਾ ਦੇ ਵਿੱਚ ਵੀ ਦੇਖ ਲਓ ਇੱਥੇ ਵੀ ਦੇਖ ਲਓ ਵੀ ਜਿਹੜੀਆਂ ਇਨਕੰਬੈਂਟ ਸਰਕਾਰਾਂ ਆ ਉਹਦੇ ਲਈ ਹਾਲੇ ਲੋਕਾਂ ਦਾ ਮੂਡ ਕੋਈ ਬੜਾ ਠੀਕ ਨਹੀਂ ਕਿਉਂਕਿ ਜੀ ਲੋਕਾਂ ਨੇ ਕਾਫੀ ਇਹਨਾਂ ਦੀਆਂ ਜੋਬਸ ਵੀ ਲੋਸਟ ਹੋ ਗਈਆਂ ਲੋਕ ਕਾਫੀ ਤੰਗ ਵੀ ਰਹੇ 2009 ਤੋਂ ਲੈ ਕੇ ਹੁਣ ਤੱਕ ਭਾਵੇਂ ਇਹ ਗਲੋਬਲ ਰਿਸੈਸ਼ਨ ਸੀਗਾ ਜੀ ਕਿਸੇ ਇੱਕ ਬੰਦੇ ਨੇ ਕ੍ਰੀਏਟ ਨਹੀਂ ਸੀ ਕੀਤਾ ਪਰ ਇਹ ਜਿਹੜਾ ਮੂਡ ਆ ਜੀ ਇੱਕ ਵਨ ਐਟ ਏ ਪੁਆਇੰਟ ਆਫ ਟਾਈਮ ਤੁਹਾਡੀਆਂ ਇਮੋਸ਼ਨਸ ਨੂੰ ਰਿਫਲੈਕਟ ਕਰਦਾ ਪਰ ਜਿਹੜੀ ਰੀਅਲ ਆ ਜੀ ਰੀਅਲ ਇਲੈਕਸ਼ਨ ਤਾਂ ਇੱਕੋ ਇਲੈਕਸ਼ਨ ਹੁੰਦੀ ਆ ਜੀ। ਇਹ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਦੇਖੋ ਸੂਬੇ ਦੇ ਵਿੱਚ ਡਾਲਟਨ ਮੈਗੇਟੀ ਦੀ ਹਰਮਨ ਪਿਆਰਤਾ ਬਹੁਤ ਰਹੀ ਹੈ ਸੋ ਦੂਸਰੀ ਵਾਰ ਤੁਸੀਂ ਚੋਣ ਜਿੱਤੀ ਸੀਗੀ ਲੋਕਾਂ ਦੇ ਵਿੱਚ ਬਹੁਤ ਅੱਛਾ ਹੁੰਗਾਰਾ ਸੀ ਆਪਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੀਸਰੀ ਟਰਮ 'ਚ ਲਿਬਰਲ ਸਰਕਾਰ ਜਿੱਤੀ ਸੋ ਉੱਥੋਂ ਦੇ ਪ੍ਰੀਮੀਅਰ ਨੂੰ HST 'ਤੇ ਅਸਤੀਫਾ ਦੇਣਾ ਪੈ ਗਿਆ ਸੋ ਜੇ ਆਪਾਂ ਰਿਸੈਸ਼ਨ ਦੀ ਗੱਲ ਕਰੀਏ ਤੁਸੀਂ ਅਨਇੰਪਲੋਇਮੈਂਟ ਦੀ ਗੱਲ ਕਰ ਰਹੇ ਹੋ ਸੋ ਲੋਕਾਂ ਦਾ ਇਹ ਮੂਡ ਚੇਂਜ ਕਰਨ ਲਈ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਹਾਡੀ ਪਾਰਟੀ ਜਾਂ ਤੁਹਾਡੀ ਸਰਕਾਰ ਅਗਲੇ ਇੱਕ ਸਾਲ 'ਚ ਕੀ ਕਰੂਗੀ? ਐਕਚੁਲੀ ਜੀ ਦੇਖੋ ਸਭ ਤੋਂ ਚੰਗੀ ਚੀਜ਼ ਕੋਈ ਵੀ ਜਿਹੜੀ ਸਰਕਾਰ ਗਾ ਉਹ ਇਹੀ ਕਰ ਸਕਦੀ ਆ ਕਿ ਜੋਬਸ ਕ੍ਰੀਏਟ ਕੀਤੀਆਂ ਜਾਣ ਜੀ ਤੇ ਜਿਹੜੀ ਇੰਟੀਰੀਅਰ ਦੀ ਇਕੋਨਮੀ ਆ ਜੀ ਜੇ ਤੁਸੀਂ ਇਹਨੂੰ ਕਿਸੇ ਵੀ ਇਕੋਨਮੀ ਨਾਲ ਕੰਪੇਅਰ ਕਰੋ ਕੈਨੇਡਾ ਦੇ ਵਿੱਚ ਜਾਂ US ਦੇ ਵਿੱਚ ਜਿਹੜੀ ਪਿਛਲੇ ਸਾਲ ਦੀ ਜਿਹੜੀ ਪ੍ਰੋਗਰੈਸ ਹੋਈ ਆ ਜੀ ਐਕਚੁਲੀ ਇਟਸ ਵੈਰੀ ਗੁੱਡ ਸਾਡੇ ਬਜਟ ਦੇ ਵਿੱਚ ਅਸੀਂ ਇਹ ਪ੍ਰੋਜੈਕਟ ਕੀਤਾ ਸੀ ਜੀ ਵੀ ਜਿਹੜੀ GDP ਦੀ ਗਰੋਥ ਹੋਊਗੀ 2.5% ਹੋਊਗੀ ਤੇ ਐਕਚੁਲੀ ਜੀ ਜਿਹੜੀ ਪਹਿਲੇ ਮਤਲਬ April 1st ਤੋਂ ਲੈ ਕੇ ਹੁੰਦੀ ਜਿਹੜੀ ਗਰੋਥ ਆ ਉਹ ਤਕਰੀਬਨ 3.2 ਆ ਜੀ 2% ਦੇ ਨੇੜੇ ਤੇੜੇ ਤੇ ਜਿਹੜੀਆਂ 75% ਜਿਹੜੀਆਂ ਜੋਬਸ ਲੋਸਟ ਹੋਈਆਂ ਸੀਗੀਆਂ ਜੀ ਰਿਸੈਸ਼ਨ ਵਿੱਚ ਤੇ ਜੇ ਅਸੀਂ ਕਹੀਏ ਜੀ May 2009 ਤੋਂ ਲੈ ਕੇ ਹੁਣ ਤੱਕ ਤਕਰੀਬਨ 75% ਆਫ ਦੋਜ਼ ਜੋਬਸ ਹੈਵ ਕਮ ਬੈਕ ਅੱਛਾ ਜੀ ਤੇ 180,000 ਨਿਊ ਜੋਬਸ ਹੈਵ ਬੀਨ ਕ੍ਰੀਏਟਡ ਪਰ ਹਾਲੇ ਵੀ ਜੀ 25% ਜਿਹੜੀਆਂ ਜੋਬਸ ਆ ਉਹ ਵਾਪਸ ਨਹੀਂ ਆਈਆਂ ਅੱਛਾ ਜੀ ਤੇ ਇਸ ਕਰਕੇ ਜਿਹੜੇ ਲੋਕਾਂ ਦੀ ਅਨਇੰਪਲੋਇਮੈਂਟ ਆ ਜੀ ਅਨਇੰਪਲੋਇਮੈਂਟ ਦੀ ਮਤਲਬ ਪਹਿਲਾਂ ਤਾਂ ਤੁਸੀਂ ਉਸ ਲੈਵਲ ਤੇ ਪਹੁੰਚਣਾ ਉਹ ਤੋਂ ਬਾਅਦ ਨਵੀਂ ਜੋਬਸ ਕ੍ਰੀਏਟ ਕਰਨੀਆਂ ਤੇ ਇਸ ਕਰਕੇ ਮੈਂ ਸਮਝਦਾ ਜੀ ਸਭ ਤੋਂ ਚੰਗੀ ਗੱਲ ਜੇ ਕੋਈ ਗਵਰਨਮੈਂਟ ਕਰ ਸਕਦੀ ਆ ਤਾਂ ਇਹੀ ਆ ਵੀ ਜੋਬਸ ਕ੍ਰੀਏਟ ਕੀਤੀਆਂ ਜਾਣ। ਅੱਛਾ ਇਹ HST ਲਾਗੂ ਕਰਨ ਦੇ ਵੇਲੇ ਮੁੱਖ ਮੰਤਰੀ ਨੇ ਬਾਰ ਬਾਰ ਇਹ ਕਿਹਾ ਸੀਗਾ ਕਿ ਇਹਦੇ ਨਾਲ ਜੋਬਸ ਕ੍ਰੀਏਟ ਹੋਣਗੀਆਂ ਕਈ ਵਾਰੀ ਹੁੰਦਾ ਕਿ ਦੁੱਖ ਕੱਟ ਕੇ ਸੁੱਖ ਮਿਲਦਾ ਸੋ ਅਜੇ HST ਨਵੀਂ ਲਾਗੂ ਹੋਈ ਹੈ ਲੋਕਾਂ ਨੂੰ ਹਾਂਜੀ ਇਹ ਪਿੰਚ ਕਰਨੀ ਸ਼ੁਰੂ ਕੀਤੀ ਹੈ ਕੀ ਲੌਜੀਕ ਹੈ ਕਿਸ ਤਰੀਕੇ ਨਾਲ ਮੁੱਖ ਮੰਤਰੀ ਦਾ ਕੀ ਭਾਵ ਹੈ ਕਿ ਜੋਬਸ ਕਿਵੇਂ HST ਲਾਗੂ ਕਰਨਾ ਕ੍ਰੀਏਟ ਹੋਣਗੀਆਂ? ਦੇਖੋ ਜੀ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਇੱਕ ਤਾਂ ਇਹ ਆ ਜੀ ਬਈ ਜਿਹੜੀ ਪੁਰਾਣੀ ਇਕਨੋਮੀ ਹੈ ਨਾ ਜੀ ਇਟ ਬੇਸਿਕਲੀ ਡਿਸਅਪੀਅਰਡ ਹਾਂਜੀ ਵੀ ਹੁਣ ਜੇ ਅਸੀਂ ਇਹ ਕਹੀਏ ਜੀ ਵੀ ਅਸੀਂ ਇੰਡੀਆ ਦੇ ਨਾਲ ਜਿਹੜੇ ਆਟੋ ਪਾਰਟਸ ਬਣਾਉਣੇ ਉਹਨਾਂ ਕੰਪੀਟ ਕਰ ਸਕਦੇ ਹਾਂ ਜਾਂ ਚਾਈਨਾ ਦੇ ਨਾਲ ਕਰ ਸਕਦੇ ਹਾਂ ਜਾਂ ਤਾਂ ਉਹ ਮੇਰੇ ਖਿਆਲ ਗੱਲ ਨਹੀਂ ਹੋ ਸਕਦੀ ਜੀ। ਅੱਛਾ ਜੀ ਇਸ ਕਰਕੇ ਸਾਨੂੰ ਨਿਊ ਇਕਨੋਮੀ ਕ੍ਰੀਏਟ ਕਰਨ ਦੀ ਲੋੜ ਆ ਜੀ ਤੇ ਨਿਊ ਇਕਨੋਮੀ ਤਦੇ ਕ੍ਰੀਏਟ ਹੋ ਸਕਦੀ ਹੈ ਜੀ ਜੇ ਤੁਸੀਂ ਕੋਈ ਨਵਾਂ ਫੀਲਡ ਲੱਭਦੇ ਆ। ਅੱਛਾ ਜੀ ਤੇ ਹੁਣ ਜੇ ਤੁਸੀਂ ਗ੍ਰੀਨ ਐਨਰਜੀ ਦੀ ਗੱਲ ਕਰਦੇ ਆ ਜੀ ਤੇ ਖਾਸ ਤੌਰ ਤੇ ਵਿੰਡ ਮਿਲਸ ਦੇ ਤੇ ਖਾਸ ਤੌਰ ਤੇ ਜਿਹੜੇ ਸੋਲਰ ਪੈਨਲਸ ਵਗੈਰਾ ਇਹ ਇੰਡਸਟਰੀ ਜੀ ਇਮਰਜ ਹੋ ਗਈ ਹੋਣੀ ਸ਼ੁਰੂ ਹੋ ਗਈ ਆ ਖਾਸ ਤੌਰ ਤੇ ਇੰਟੀਰੀਅਰ ਦੇ ਵਿੱਚ। ਅੱਛਾ ਜੀ ਤੇ ਇਸ ਫੀਲਡ ਦੇ ਵਿੱਚ ਜੋਬ ਕ੍ਰੀਏਟ ਹੋਣੀਆਂ ਸ਼ੁਰੂ ਹੋ ਗਈਆਂ ਜੀ। ਠੀਕ ਹੈ ਜੀ ਤੇ ਉਹ ਥੋੜ੍ਹਾ ਜਿਹਾ ਟਾਈਮ ਲੱਗੂਗਾ ਜੀ ਜੋਬਸ ਜਿਹੜੀਆਂ ਮਤਲਬ ਸਹੀ ਇਹਦਾ ਇੰਪੈਕਟ ਫੀਲ ਕਰਨ ਦੇ ਲਈ ਪਰ ਇਹ ਜੋਬ ਸ਼ੁਰੂ ਹੋ ਗਈਆਂ। ਸੋ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਫੀਲਿੰਗ ਜਿਹੜੀ ਆ ਚੋਣਾਂ ਤੋਂ ਪਹਿਲਾਂ ਆ ਜਾਏਗੀ? ਹਾਂਜੀ। ਹਰਿੰਦਰ ਤੱਖਰ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਓਕੇ ਜੀ, ਥੈਂਕ ਯੂ ਵੈਰੀ ਮੱਚ। ਸੋ ਹਰਿੰਦਰ ਤੱਖਰ ਜੋ ਕਿ ਓਨਟੈਰੀਓ ਦੇ ਵਿੱਚ ਸਰਕਾਰੀ ਸੇਵਾਵਾਂ ਬਾਰੇ ਮੰਤਰੀ ਹਨ, ਪੇਸ਼ ਹੋ ਰਹੇ ਸੀ ਪ੍ਰੋਗਰਾਮ ਦੇ ਵਿੱਚ। ਸੋ ਚੱਲਦੇ ਹਾਂ ਅੱਗੇ ਪ੍ਰੋਗਰਾਮ ਦੇ ਵਿੱਚ, ਦੱਸਦੀਏ ਕਿ ਹਫ਼ਤਾ ਅੰਤ ਦੌਰਾਨ ਸਨਿਚਰ ਐਤਵਾਰ ਦੇ ਦੌਰਾਨ ਹੀ ਟੋਰਾਂਟੋ ਦੇ ਵਿੱਚ ਵਾਪਰੀਆਂ ਗੋਲੀ ਚੱਲਣ ਦੀਆਂ ਵੱਖ ਵੱਖ ਘਟਨਾਵਾਂ ਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਅਤੇ 7 ਜ਼ਖਮੀ ਹੋਏ ਅਤੇ ਹੁਣ ਤੱਕ ਇਸ ਸਾਲ 2010 ਦੇ ਵਿੱਚ ਹੀ ਟੋਰਾਂਟੋ 'ਚ ਵੱਖ ਵੱਖ
ਵਾਰਦਾਤਾਂ 'ਚ 64 ਕਤਲ ਹੋ ਚੁੱਕੇ ਨੇ। ਗੱਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਮੌਸਮ ਦੀ। ਅੱਜ ਟੋਰਾਂਟੋ ਇਲਾਕੇ ਵਿੱਚ ਸੰਘਣੀ ਬੱਦਲਬਾਈ ਰਹੀ ਤੇ ਕੁਝ ਇਲਾਕਿਆਂ ਵਿੱਚ ਮੀਂਹ ਵੀ ਪਿਆ। ਤਾਪਮਾਨ 14 ਡਿਗਰੀ ਸੈਂਟੀਗ੍ਰੇਡ ਤੱਕ ਨਾਪਿਆ ਗਿਆ। ਰਾਤ ਨੂੰ ਮੀਂਹ ਕਣੀ ਹੋਣ ਦੀ ਸੰਭਾਵਨਾ ਹੈ। ਅਗਲੇ ਦਿਨਾਂ ਵਿੱਚ ਕਦੇ ਧੁੱਪ ਕਦੇ ਛਾਂ ਵਾਲਾ ਮੌਸਮ ਰਹਿਣ ਪਰ ਠੰਡ ਵਧਣ ਦੇ ਆਸਾਰ ਨੇ, ਜਿਵੇਂ ਕਿ ਹੁਣ ਪਤਾ ਹੀ ਹੈ ਕਿ ਸਰਦੀ ਆ ਰਹੀ ਹੈ। ਅੱਜ ਟੋਰਾਂਟੋ ਦੇ ਇਲਾਕੇ ਵਿੱਚ ਸੂਰਜ ਸਵੇਰੇ 7:21 ਤੋਂ ਬਾਅਦ ਨਿਕਲਿਆ ਤੇ ਸ਼ਾਮ ਨੂੰ 4 ਤੋਂ 47 ਮਿੰਟਾਂ ਬਾਅਦ ਅਸਤ ਹੋ ਗਿਆ। ਵਿਵੇਤ ਬਾਜ਼ਾਰ ਦੀ ਗੱਲ ਕਰਦੇ ਹਾਂ ਤੇ ਕੈਨੇਡੀਅਨ ਡਾਲਰ ਦੀ ਕੀਮਤ ਕੁਝ ਘਟੀ ਹੈ ਤੇ ਅੱਜ ਅਮਰੀਕੀ ਡਾਲਰ ਦੇ ਤਕਰੀਬਨ 98 ਸੈਂਟ ਦੇ ਬਰਾਬਰ ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ। ਇੱਕ ਡਾਲਰ ਦੇ ਭਾਰਤੀ ਲਗਭਗ ₹43.90 ਵਿੱਤ ਬਾਜ਼ਾਰ ਵਿੱਚ ਮਿਲ ਸਕਦੇ ਨੇ। ਕੌਮਾਂਤਰੀ ਵਿੱਤ ਬਾਜ਼ਾਰ ਵਿੱਚ ਕੱਚੇ ਤੇਲ ਦਾ ਕੁਝ ਭਾਅ ਘਟਿਆ ਤੇ ਅੱਜ ਇੱਕ ਡਰਮ 81 ਅਮਰੀਕੀ ਡਾਲਰ ਦਾ ਵਿਕਿਆ। ਟੋਰਾਂਟੋ ਦੇ ਇਲਾਕੇ ਦੇ ਪੈਟਰੋਲ ਪੰਪਾਂ ਤੇ 1 ਲੀਟਰ ਪੈਟਰੋਲ ਇੰਨੀ ਦਿਨੀ ਤਕਰੀਬਨ $1 ਤੇ 9 ਸੈਂਟ ਦਾ ਵਿਕ ਰਿਹਾ। ਖਬਰਾਂ ਵਾਲੇ ਇਸ ਪ੍ਰੋਗਰਾਮ ਦੇ ਨਾਲ ਜੁੜ ਗਏ ਸੀ। ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਸਤਿ ਸ਼੍ਰੀ ਅਕਾਲ।